ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰੀ ਫਿਰ ਹਾਜ਼ਰ ਹਾਂ ਔਰ ਮੇਰੇ ਨਾਲ ਮੌਜੂਦ ਨੇ ਸਟੱਡੀ ਸਕੇਅਰ ਦੀ ਟੀਮ ਤੋਂ ਮਨਪ੍ਰੀਤ ਸਿੰਘ ਚੀਮਾ ਜੀ, ਜਿਹੜੇ ਕਿ ਬਹੁਤ ਹੀ ਐਕਸਪੀਰੀਅੰਸਡ ਟੀਮ ਮੈਂਬਰ ਨੇ ਸਟੱਡੀ ਸਕੇਅਰ ਦੇ। ਔਰ ਮਨਪ੍ਰੀਤ ਜੀ, ਬਹੁਤ 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 ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ। ਦੋ ਤਿੰਨ ਸਵਾਲ ਹੈ ਮੇਰੇ ਜ਼ਿਹਨ 'ਚ, ਮੈਂ ਚਾਹੂੰਗਾ ਕਿ ਤੁਸੀਂ ਜ਼ਰੂਰ ਉਹਨਾਂ ਦੇ ਉੱਪਰ ਪੂਰੀ ਕਲੈਰਿਟੀ ਦਿਓ, ਕਿਉਂਕਿ ਬਹੁਤ ਸਾਰੇ ਸਾਡੇ ਵਿਦਿਆਰਥੀ ਨੇ ਜਿਹੜੇ ਆਸਟ੍ਰੇਲੀਆ ਜਾਣਾ ਤਾਂ ਚਾਹੁੰਦੇ ਨੇ, ਬਹੁਤ ਸਾਰੇ ਵਿਦਿਆਰਥੀ ਆਪਣੀ ਪ੍ਰੋਫਾਈਲ ਨੂੰ ਲੈ ਕੇ ਕਨਫਿਊਜ਼ ਨੇ। ਉਂਝ ਤਾਂ ਮੈਂ ਸਾਰੇ ਵਿਦਿਆਰਥੀਆਂ ਨੂੰ ਕਹੂੰਗਾ ਕਿ ਸਕਰੀਨ 'ਤੇ ਨੰਬਰ ਹੈ, ਤੁਸੀਂ ਤੁਰੰਤ ਇਹਦੇ 'ਤੇ ਫੋਨ ਕਰੋ। ਜਦੋਂ ਵੀ ਤੁਸੀਂ ਵੀਡੀਓ ਸੁਣ ਰਹੇ ਹੋ, ਤੁਸੀਂ ਮਨਪ੍ਰੀਤ ਚੀਮਾ ਜੀ ਦੇ ਨਾਲ ਖੁਦ ਗੱਲ ਕਰੋ। ਇਸ ਨੰਬਰ 'ਤੇ ਤੁਸੀਂ ਆਪਣਾ ਪ੍ਰੋਫਾਈਲ ਵਟਸਐਪ ਕਰੋ ਤਾਂ ਕਿ ਉਹ ਵੀ ਤੁਹਾਨੂੰ ਰਿਵਰਟ ਬੈਕ ਕਰ ਸਕਣ। ਮਨਪ੍ਰੀਤ ਜੀ, ਬਹੁਤ ਸਾਰੇ ਸਟੂਡੈਂਟਸ ਆਪਣੀ ਪ੍ਰੋਫਾਈਲ ਨੂੰ ਲੈ ਕੇ ਕਨਫਿਊਜ਼ ਹੈ, ਕਿਉਂਕਿ ਆਸਟ੍ਰੇਲੀਆ ਨੇ ਜੁਲਾਈ ਇਨਟੇਕ ਦੇ ਸ਼ੁਰੂ ਦੇ ਵਿੱਚ ਇਹ ਸੰਕੇਤ ਦਿੱਤੇ ਕਿ ਵੀਜ਼ੇ ਘੱਟ ਮਿਲਣਗੇ, ਪਰ ਜਿਵੇਂ ਜਿਵੇਂ ਜੁਲਾਈ ਇਨਟੇਕ ਅੱਗੇ ਵਧਿਆ, ਜੁਲਾਈ ਇਨਟੇਕ ਦੇ ਵਿੱਚ ਵੀਜ਼ਾ ਬਹੁਤ ਦਿੱਤਾ ਆਸਟ੍ਰੇਲੀਆ ਨੇ। ਹੁਣ ਨਵੰਬਰ ਇਨਟੇਕ ਦੇ ਵਿੱਚ ਵੀ ਕੀ ਇਸੇ ਤਰ੍ਹਾਂ ਦਾ ਟ੍ਰੈਂਡ ਰਹੂਗਾ, ਕਿਉਂਕਿ ਤੁਸੀਂ ਇਸ ਇੰਡਸਟਰੀ ਨਾਲ ਬਹੁਤ ਸਾਲਾਂ ਤੋਂ ਜੁੜੇ ਹੋ, ਤੁਹਾਡਾ ਤਜਰਬਾ ਕੀ ਕਹਿੰਦਾ ਹੈ? ਨਵੰਬਰ ਇਨਟੇਕ 'ਚ ਆਸਟ੍ਰੇਲੀਆ ਕਿੰਨੇ ਕੁ ਵੀਜ਼ੇ ਦੇਣ ਵਾਲਾ ਹੈ, ਔਰ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੇ ਜਿਹੜੇ ਵੀਜ਼ਾ ਲੈ ਜਾਣਗੇ, ਔਰ ਕਿਹੜੇ ਕਿਹੜੇ ਕੋਰਸਿਸ ਨੇ ਜਿਨ੍ਹਾਂ ਤੇ ਜ਼ਿਆਦਾ ਵੀਜ਼ਿਆਂ ਦੀ ਉਮੀਦ ਰੱਖ ਸਕਦੇ ਨੇ ਵਿਦਿਆਰਥੀ? ਹਾਂਜੀ ਸਰ, ਜਿੱਦਾਂ ਕਿ ਤੁਸੀਂ ਜੁਲਾਈ 'ਚ ਦੇਖਿਆ, ਪਹਿਲਾਂ ਸਾਰਿਆਂ ਨੂੰ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਪੰਜਾਬ ਹਰਿਆਣਾ ਦੇ ਬੱਚਿਆਂ ਨੂੰ ਖਾਸ ਕਰਕੇ ਕਿ ਵੀਜ਼ਾਸ ਨਹੀਂ ਆਉਣਗੇ, ਬਟ ਹਾਈ ਕਮਿਸ਼ਨ ਨੇ ਬਹੁਤ ਅੱਛੇ ਵੀਜ਼ਾਸ ਦਿੱਤੇ ਬੱਚਿਆਂ ਨੂੰ। ਜਿਹਦੀ ਵੀ ਫਾਈਲ ਹਾਈ ਕਮਿਸ਼ਨ 'ਚ ਗਈ, ਆਲਮੋਸਟ ਹਰ ਬੱਚੇ ਨੂੰ ਵੀਜ਼ਾ ਮਿਲਿਆ। ਨਵੰਬਰ ਇਨਟੇਕ ਦੇ ਵਿੱਚ ਚੱਲੇਗਾ, ਹੋਪਫੁਲੀ ਉਸ ਤੋਂ ਅੱਛਾ ਹੀ ਹੋਏਗਾ ਨਵੰਬਰ ਇਨਟੇਕ ਦੇ ਵਿੱਚ ਵੀ, ਕਿਉਂਕਿ ਛੋਟਾ ਇਨਟੇਕ ਹੈ, ਸਮਾਲ ਇਨਟੇਕ ਹੈ, ਬਹੁਤ ਘੱਟ ਯੂਨੀਵਰਸਿਟੀਜ਼ ਦੇ ਵਿੱਚ ਇਨਟੇਕ ਅਵੇਲੇਬਲ ਹੁੰਦਾ ਔਰ ਲਿਮਿਟਡ ਕੋਰਸਿਸ ਦੇ ਵਿੱਚ ਅਵੇਲੇਬਲ ਹੁੰਦਾ। ਹਾਈ ਕਮਿਸ਼ਨ ਵੀ ਚਾਹੁੰਦਾ ਹੈ ਕਿ ਜਿਹੜਾ ਜੈਨੂਇਨ ਬੱਚਾ ਜਿਹੜਾ ਜੁਲਾਈ ਮਿਸ ਕਰਕੇ ਉਹ ਨਵੰਬਰ ਦੇ ਵਿੱਚ ਆ ਜਾਏ, ਆਸਟ੍ਰੇਲੀਆ ਪਹੁੰਚ ਜਾਏ। ਕੋਰਸਿਸ ਆਲਮੋਸਟ ਹਰ ਬੱਚੇ ਵਾਸਤੇ ਅਵੇਲੇਬਲ ਹੈ ਨਵੰਬਰ ਦੇ ਵਿੱਚ। ਅਗਰ ਕਿਸੇ ਨੇ ਨੋਨ ਮੈਡੀਕਲ ਕੀਤਾ ਤਾਂ ਉਹ IT ਦੇ ਕੋਰਸਿਸ ਦੇ ਵਿੱਚ, ਜਾਂ ਇਨਫੋਰਮੇਸ਼ਨ ਸਿਸਟਮ ਹੈ, ਨੈਟਵਰਕਿੰਗ, ਸਾਈਬਰ ਸਿਕਿਉਰਿਟੀ, ਇਹਨਾਂ ਕੋਰਸਿਸ ਦੇ ਵਿੱਚ ਅਪਲਾਈ ਕਰ ਸਕਦਾ ਬੱਚਾ। ਕੋਈ ਕਮਰਸ ਵਾਲਾ ਬੱਚਾ ਤਾਂ ਬੈਚਲਰ ਆਫ ਕਮਰਸ, ਫਾਈਨੈਂਸ਼ੀਅਲ ਅਕਾਊਂਟਿੰਗ, ਫਾਈਨੈਂਸ਼ੀਅਲ ਪਲੈਨਿੰਗ, ਇਹਨਾਂ ਦੇ ਬੈਂਕਿੰਗ, ਇਹਨਾਂ ਕੋਰਸਿਸ ਦੇ ਵਿੱਚ ਅਪਲਾਈ ਕਰ ਸਕਦਾ। ਮੈਡੀਕਲ ਦੇ ਬੱਚੇ ਲਈ ਵੀ ਆਪਸ਼ਨਸ ਅਵੇਲੇਬਲ ਹੈ, ਹੈਲਥ ਸਾਇੰਸ ਦੇ ਕੋਰਸਿਸ ਨੇ, ਬਾਇਓਮੈਡੀਕਲ ਹੈ, ਬਾਇਓਟੈਕਨੋਲੋਜੀ ਹੈ, ਜਿਹਨਾਂ ਦੇ ਵਿੱਚ ਬੱਚਾ ਐਡਮਿਸ਼ਨ ਲੈ ਸਕਦਾ। ਸੋ ਕੋਰਸਿਸ ਦੀ ਰੇਂਜ ਬਹੁਤ ਹੈ ਜਿਹੜਾ ਬੱਚਾ ਅਪਲਾਈ ਕਰਨਾ ਚਾਹੁੰਦਾ, ਕੋਈ ਪ੍ਰੋਬਲਮ ਨਹੀਂ ਹੈ। ਯੂਨੀਵਰਸਿਟੀਜ਼ ਵੀ ਅਵੇਲੇਬਲ ਨੇ ਔਰ ਵੀਜ਼ਾ ਸਕਸੈਸ ਰੇਟ ਹਮੇਸ਼ਾ ਹੀ ਨਵੰਬਰ ਇਨਟੇਕ ਦਾ ਅੱਛਾ ਹੀ ਰਹਿੰਦਾ, ਬਿਕੋਜ਼ ਜਿਹੜਾ ਹਜੇ ਸੀਟਸ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਪੂਰੀਆਂ ਪ੍ਰੋਪਰ ਸੀਟਸ ਅਵੇਲੇਬਲ ਹੈ। ਜੁਲਾਈ 'ਚ ਬੱਚਾ ਚਲਾ ਗਿਆ, ਜਿੰਨਾ ਕੋਟਾ ਸੀ ਉਹ ਕੰਪਲੀਟ ਹੋ ਗਿਆ। ਹੁਣ ਹਾਈ ਕਮਿਸ਼ਨ ਨੇ ਨਵੰਬਰ ਦੇ ਵਿੱਚ ਜਿੰਨੇ ਵੀ ਬੱਚੇ ਅਪਲਾਈ ਕਰਨਗੇ, ਇਹ ਸ਼ੁਰੂ ਤੋਂ ਅਸੀਂ ਟ੍ਰੈਂਡ ਦੇਖਿਆ ਕਿ ਵੀਜ਼ਾ ਸਕਸੈਸ ਰੇਟ ਹਮੇਸ਼ਾ ਨਵੰਬਰ ਦਾ ਬਹੁਤ ਅੱਛਾ ਗਿਆ। ਉਹਦੇ ਦੋ ਤਿੰਨ ਰੀਜ਼ਨ ਇਹ ਵੀ ਹੈ ਜਿਹੜਾ ਮੈਂ ਦੱਸਿਆ ਕਿ ਲਿਮਿਟਿਡ ਕੋਰਸਿਸ ਅਵੇਲੇਬਲ ਨੇ ਔਰ ਲਿਮਿਟਿਡ ਯੂਨੀਵਰਸਿਟੀਜ਼ ਦੇ ਕੋਲ ਕੋਰਸਿਸ ਅਵੇਲੇਬਲ ਹੈ। ਬੱਚੇ ਵੀ ਘੱਟ ਅਪਲਾਈ ਕਰਦੇ, ਜ਼ਿਆਦਾਤਰ ਬੱਚਿਆਂ ਨੂੰ ਨਵੰਬਰ ਇਨਟੇਕ ਦੀ ਨੌਲੇਜ ਹੀ ਨਹੀਂ ਹੁੰਦੀ, ਬੱਚਾ ਸਿੱਧਾ ਜਨਵਰੀ 'ਚ ਹੀ ਜੰਪ ਕਰ ਜਾਂਦਾ। ਬਟ ਬੈਨੀਫਿਟਸ ਬਹੁਤ ਹੈ ਨਵੰਬਰ 'ਚ ਅਪਲਾਈ ਕਰਨ ਦੇ। ਬੱਚੇ ਕੋਲ ਇੱਕ ਆਪਸ਼ਨ ਆ ਜਾਂਦੀ ਹੈ ਜੇ ਉਹ, ਇੱਕ ਤਾਂ ਉਹ ਜਲਦੀ ਸਟਾਰਟ ਕਰ ਸਕਦਾ ਕੋਰਸ ਔਰ ਜਲਦੀ ਖਤਮ ਕਰ ਸਕਦਾ। ਜਦੋਂ ਜਲਦੀ ਸਟਾਰਟ ਕਰੇਗਾ, ਜਦੋਂ ਨਵੰਬਰ 'ਚ ਬੱਚਾ ਜਾਏਗਾ, ਉੱਥੇ ਇੰਨਾ ਰਸ਼ ਨਹੀਂ ਹੋਏਗਾ, ਕਿਉਂਕਿ ਜੁਲਾਈ 'ਚ ਬੱਚਾ ਬਹੁਤ ਜਾਂਦਾ ਜਾਂ ਜਨਵਰੀ 'ਚ ਬੱਚਾ ਬਹੁਤ ਜਾਂਦਾ, ਤਾਂ ਉਹ ਸੈਟਲ ਹੋਣ ਦਾ ਵੀ ਇੱਕ ਟਾਈਮ ਹੁੰਦਾ। ਜੋਬ ਓਪਰਚੁਨਿਟੀਜ਼, ਪਾਰਟ ਟਾਈਮ ਜੋਬ ਓਪਰਚੁਨਿਟੀਜ਼ ਦੀ ਵੀ ਆਪਸ਼ਨ ਜ਼ਿਆਦਾ ਹੁੰਦੀ ਹੈ। ਔਰ ਜਦੋਂ ਬੱਚਾ ਕੋਰਸ ਕੰਪਲੀਟ ਕਰਦਾ, ਉਦੋਂ ਵੀ ਉਹ ਰੈਗੂਲਰ ਜਨਵਰੀ ਇਨਟੇਕ ਦੇ ਬੱਚਿਆਂ ਤੋਂ ਪਹਿਲਾਂ ਕੋਰਸ ਕੰਪਲੀਟ ਕਰ ਲੈਂਦਾ, ਤਾਂ ਉਦੋਂ ਵੀ ਉਹਦੇ ਕੋਲ ਜੋਬ ਓਪਰਚੁਨਿਟੀਜ਼ ਹਮੇਸ਼ਾ ਜ਼ਿਆਦਾ ਰਹਿੰਦੀਆਂ। ਸੋ ਮੈਨੂੰ ਇਹ ਲੱਗਦਾ ਕਿ ਨਵੰਬਰ ਇਨਟੇਕ ਅਵੇਲ ਕਰਨਾ ਚਾਹੀਦਾ ਹਰ ਬੱਚਾ, ਜਿਹਦੇ ਕੋਲ ਆਪਸ਼ਨ ਹੈਗੀ ਉਹਨੂੰ ਨਵੰਬਰ 'ਚ ਅਪਲਾਈ ਕਰਨਾ ਚਾਹੀਦਾ। ਇਨ ਐਨੀ ਕੇਸ ਉਹਦਾ ਨਵੰਬਰ ਮਿਸ ਵੀ ਹੁੰਦਾ, ਐਟਲੀਸਟ ਉਹਦੇ ਕੋਲ ਬੈਕਅਪ ਆਪਸ਼ਨ ਹੈਗੀ ਹੈ ਜਨਵਰੀ ਇਨਟੇਕ ਦੀ। ਜੀ ਹਾਂਜੀ, ਬਿਲਕੁਲ ਜੀ। ਅੱਛਾ, ਕੋਰਸਿਸ ਕਿਹੜੇ ਕਿਹੜੇ ਪ੍ਰੈਫਰੈਂਸ ਵਾਲੇ ਰਹਿਣਗੇ,
ਜਿਨ੍ਹਾਂ ਤੇ ਤੁਹਾਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਜ਼ਿਆਦਾ ਵੀਜ਼ੇ ਦਿੰਦਾ ਹੈ ਉੱਥੋਂ ਦੀ ਐਮਬੈਸੀ? ਦੇਖੋ, ਹਾਈ ਕਮਿਸ਼ਨ ਕਦੀ ਵੀ ਕੋਰਸ ਦੇ ਉੱਪਰ ਵੀਜ਼ਾ ਇੱਦਾਂ ਸਪੈਸੀਫਿਕ, ਇੱਕ ਤਾਂ ਨਰਸਿੰਗ ਵਗੈਰਾ ਹੋ ਗਿਆ, ਉਹ ਚਲੋ ਨਵੰਬਰ 'ਚ ਅਵੇਲੇਬਲ ਹੀ ਨਹੀਂ, ਉਹਦੇ 'ਚ ਅਸੀਂ ਲਾ ਕੇ ਚੱਲਦੇ ਹਾਂ ਵੀ ਹਾਈ ਕਮਿਸ਼ਨ ਖੁਸ਼ ਹੋ ਕੇ ਵੀਜ਼ਾ ਦਿੰਦਾ। ਬਟ ਜਿੰਨੇ ਵੀ ਕੋਰਸਿਸ ਆਪਾਂ ਨਵੰਬਰ ਦੇ ਵਿੱਚ ਅਪਲਾਈ ਕਰਾਂਗੇ, ਚਾਹੇ ਕੋਈ ਬੱਚਾ ਬੈਚਲਰਸ ਕਮਰਸ ਨਾਲ ਰਿਲੇਟਡ ਜਾ ਰਿਹਾ ਹੈ, ਚਾਹੇ ਕੋਈ ਬੱਚਾ IT ਦੇ ਵਿੱਚ ਜਾ ਰਿਹਾ, ਬੱਚੇ ਦੀ ਪ੍ਰੋਫਾਈਲਿੰਗ ਦੇ ਉੱਪਰ ਹਮੇਸ਼ਾ ਵੀਜ਼ਾ ਡਿਪੈਂਡ ਕਰਦਾ, ਔਰ ਬੱਚੇ ਦੀ ਫੰਡਿੰਗ ਦੇ ਉੱਪਰ ਵੀਜ਼ਾ 'ਤੇ ਜਿਹੜੀ ਉਹ ਯੂਨੀਵਰਸਿਟੀ ਚੂਜ਼ ਕਰ ਰਿਹਾ। ਸੋ ਅਗਰ ਬੱਚਾ ਕੋਈ ਵੀ ਕਿਸੇ ਵੀ ਸਟ੍ਰੀਮ ਨਾਲ ਬੈਕ, ਕੋਈ ਵੀ ਉਹਦੀ ਬੈਕਗਰਾਉਂਡ ਹੈ, ਡੋਂਟ ਵਰੀ, ਉਹਨੂੰ ਘਬਰਾਉਣ ਦੀ ਲੋੜ ਨਹੀਂ। ਉਹ ਕੋਰਸ ਜਿਹੜਾ ਵੀ ਕੋਰਸ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ, ਜੋ ਉਹਦੀ ਚੋਇਸ ਹੈ, ਜਿਹਦੇ ਵਿੱਚ ਉਹਦਾ ਇੰਟਰਸਟ ਹੈ, ਬੱਚਾ ਉਸ ਕੋਰਸ ਦੇ ਵਿੱਚ ਅਪਲਾਈ ਕਰੇ, ਵੀਜ਼ਾ 'ਚ ਪ੍ਰੋਬਲਮ ਨਹੀਂ ਆਏਗੀ। ਜਿੱਦਾਂ ਕੋਈ ਵੀ ਕੋਰਸਿਸ, ਮੈਂ ਹੁਣੇ ਨਾਮ ਲਏ ਆ ਕਿ ਕਮਰਸ ਨਾਲ ਰਿਲੇਟਡ, ਅਕਾਊਂਟਿੰਗ 'ਚ ਜਾਵੇ, ਫਾਈਨੈਂਸ਼ੀਅਲ ਪਲੈਨਿੰਗ 'ਚ ਜਾਵੇ, ਜਨਰਿਕ ਕੋਰਸ 'ਚ ਨਾ ਬੱਚਾ ਅਪਲਾਈ ਕਰੇ, ਬੈਚਲਰਸ ਆਫ ਬਿਜ਼ਨਸ 'ਚ ਨਾ ਕਰੇ ਅਪਲਾਈ, ਅਕਾਊਂਟਿੰਗ 'ਚ ਅਪਲਾਈ ਕਰੇ, ਅਗਰ ਬੈਚਲਰਸ ਆਫ ਬਿਜ਼ਨਸ ਵੀ ਕਰ ਰਿਹਾ, ਮੇਜਰਸ ਲੈ ਕੇ ਜਾਏ, ਇਕਨੋਮਿਕਸ ਅਕਾਊਂਟਿੰਗ ਇੱਦਾਂ ਦਾ ਕੁਛ ਲੈ ਕੇ ਜਾਏ ਬੱਚਾ, ਠੀਕ ਹੈ। ਔਰ ਅਗਰ ਮੈਡੀਕਲ ਨਾਲ ਰਿਲੇਟਡ ਜਾ ਰਿਹਾ ਬੱਚਾ, ਤਾਂ ਉਹ ਹੈਲਥ ਸਾਇੰਸ ਵਗੈਰਾ ਅੱਛੀ ਕੋਰਸ 'ਚ ਅਪਲਾਈ ਕਰੇ। ਵੀਜ਼ਾ ਇਜ਼ ਨੋਟ ਅ ਪ੍ਰੋਬਲਮ ਇਸ ਟਾਈਮ, ਵੀਜ਼ਾ ਆਏਗਾ ਬੱਚੇ ਦਾ। ਅੱਛਾ, ਨਵੰਬਰ ਇਨਟੇਕ ਦੇ ਲਈ ਬੱਚਾ ਟਾਰਗੇਟ ਕਿਵੇਂ ਕਰੇ, ਕਿਉਂਕਿ ਹਜੇ ਟਾਈਮ ਬਹੁਤ ਪਿਆ, ਬੱਚਾ ਹੁਣੇ ਅਪਲਾਈ ਕਰੇ, 15 ਦਿਨ ਰੁਕ ਕੇ ਕਰੇ, 1 ਮਹੀਨਾ ਰੁਕ ਕੇ ਕਰੇ, ਪ੍ਰੋਸੈਸ ਥੋੜ੍ਹਾ ਜਿਹਾ ਤੁਸੀਂ ਐਕਸਪਲੇਨ ਕਰੋ। ਜਿੰਨੀ ਜਲਦੀ ਬੱਚਾ ਅਪਲਾਈ ਕਰੇਗਾ, ਕਿਉਂਕਿ ਹੁਣ ਅਪਲਾਈ ਕਰਨਾ ਹੀ ਸਿਰਫ ਇੱਕ ਚੀਜ਼ ਨਹੀਂ ਹੈਗੀ, ਜਿਹੜੇ GT ਦਾ ਪ੍ਰੋਸੈਸ ਹੈ, ਜਿਹੜੀ ਉਹਦੀ ਫੰਡਿੰਗ ਨੂੰ ਆਪਾਂ ਕਲੀਅਰ ਕਰਵਾਉਣਾ ਹੈ ਯੂਨੀਵਰਸਿਟੀ ਤੋਂ, ਟਾਈਮ ਕੰਜ਼ਿਊਮਿੰਗ ਉਹ ਜੋਬ ਹੈ ਇਸ ਟਾਈਮ ਸਾਡੇ ਲਈ। ਆਫਰ ਲੈਣਾ ਸਾਡੇ ਲਈ ਪ੍ਰੋਬਲਮ ਨਹੀਂ, ਆਫਰ ਤਾਂ ਸਾਨੂੰ ਕੁਛ ਯੂਨੀਵਰਸਿਟੀਜ਼ 24 ਘੰਟੇ 'ਚ ਵੀ ਦੇ ਦਿੰਦੀਆਂ ਨੇ। ਦ ਪ੍ਰੋਬਲਮ ਇਜ਼ ਦਿਸ ਕਿ ਉਸ ਤੋਂ ਬਾਅਦ ਅਗਰ ਜਿੰਨਾ ਜਲਦੀ ਬੱਚਾ ਅਪਲਾਈ ਕਰੇਗਾ, ਉਹਦੇ ਕੋਲ ਜਿੰਨੀ ਜਲਦੀ ਆਫਰ ਲੈਟਰ ਦੇ ਹੱਥ 'ਚ ਆਏਗੀ, ਉਨੀ ਜਲਦੀ ਉਹਨੂੰ ਪਤਾ ਲੱਗ ਜਾਏਗਾ ਕਿ ਯੂਨੀਵਰਸਿਟੀ ਨੂੰ ਮੈਂ ਕੀ ਡਾਕੂਮੈਂਟਸ ਪ੍ਰੋਵਾਈਡ ਕਰਾਉਣੇ। ਉਹਦੇ ਪੇਰੈਂਟਸ ਕੋਲ ਵੀ ਟਾਈਮ ਹੋਏਗਾ ਅਰੇਂਜ ਕਰਨ ਲਈ, ਕਿਸੇ ਨੇ ਐਜੂਕੇਸ਼ਨ ਲੋਨ ਕਰਾਉਣਾ, ਐਜੂਕੇਸ਼ਨ ਲੋਨ ਸਰਕਾਰੀ ਬੈਂਕ ਕਈ ਵਾਰੀ 30-30 ਦਿਨ ਲਾ ਦਿੰਦੇ ਆ ਅਪਰੂਵ ਕਰਨ ਲਈ। ਅਗਰ ਕਿਸੇ ਦੀਆਂ ITRs ਪੈਂਡਿੰਗ ਆ, ਹੁਣ ਜਿਹੜੀ ਲੇਟੈਸਟ ITRs, ਉਹ ITRs ਫਾਈਲ ਕਰ ਲੈਣਗੇ, ਕਿਸੇ ਦੇ ਮਿਊਚੁਅਲ ਫੰਡਸ ਵਿਦਡਰਾਅ ਕਰਾਉਣੇ, ਉਹਦੇ ਕੋਲ ਟਾਈਮ ਹੋਏਗਾ ਕਿ ਮੈਂ ਵਿਦਡਰਾਅ ਕਰਾ ਲਾਂ। ਮਤਲਬ ਫਾਈਨੈਂਸ਼ੀਅਲ ਪਲੈਨਿੰਗ ਕਰ ਸਕਦੇ ਆ ਉਹ, ਜਿੰਨੀ ਜਲਦੀ ਉਹਨਾਂ ਦੇ ਹੱਥ 'ਚ ਆਫਰ ਲੈਟਰ ਆ ਜਾਏਗੀ। ਸੋ ਮੈਂ ਤਾਂ ਇਹੀ ਕਹੂੰਗਾ ਕਿ ਅਗਰ ਕਿਸੇ ਕੋਲ ਡਾਕੂਮੈਂਟ ਕੰਪਲੀਟ ਹੈ, ਪਲੱਸ 10th ਪਲੱਸ 2 ਦਾ ਸਰਟੀਫਿਕੇਟ ਹੈਗਾ ਜਾਂ ਬੈਚਲਰਸ ਉਹਦੀ ਕੰਪਲੀਟ ਹੈ, ਦਿਸ ਇਜ਼ ਦਾ ਰਾਈਟ ਟਾਈਮ, ਐਸ ਸੂਨ ਐਜ਼ ਯੂ ਅਪਲਾਈ, ਐਸ ਸੂਨ ਐਜ਼ ਯੂ ਗੈਟ ਯੂਅਰ ਆਫਰ ਲੈਟਰ, ਪਲੱਸ ਜਿਹੜੀਆਂ ਸਕਾਲਰਸ਼ਿਪਸ ਹੁੰਦੀਆਂ ਉਹ ਫਸਟ ਕਮ ਫਸਟ ਸਰਵ ਬੇਸਿਸ ਦੇ ਉੱਤੇ ਯੂਨੀਵਰਸਿਟੀਜ਼ ਦਿੰਦੀਆਂ, ਤਾਂ ਜਿਹੜਾ ਜਿੰਨੀ ਜਲਦੀ ਅਪਲਾਈ ਕਰ ਗਿਆ ਉਨੀ ਜਲਦੀ ਉਹ ਸਕਾਲਰਸ਼ਿਪ ਵੀ ਲੈ ਲਏਗਾ। ਬਿਲਕੁਲ ਠੀਕ ਹੈ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਟੂਡੈਂਟ ਤੁਰੰਤ ਅਪਲਾਈ ਕਰਨ ਆਸਟ੍ਰੇਲੀਆ ਦੇ ਲਈ, ਔਰ ਸਕਰੀਨ ਦੇ ਉੱਤੇ ਜਿਹੜਾ ਨੰਬਰ ਹੈ, ਸਾਰੇ ਵਿਦਿਆਰਥੀ ਇਹ ਨੰਬਰ ਨੋਟ ਕਰ ਲੈਣ, ਔਰ ਤੁਸੀਂ ਮਨਪ੍ਰੀਤ ਚੀਮਾ ਜੀ ਦੇ ਨਾਲ ਨਿੱਜੀ ਤੌਰ 'ਤੇ ਗੱਲ ਕਰ ਸਕਦੇ ਹੋ, ਸਟੱਡੀ ਸਕੇਅਰ ਦੀ ਟੀਮ ਤੋਂ ਤੁਸੀਂ ਰਿਕੁਐਸਟ ਕਰ ਸਕਦੇ ਹੋ ਮਨਪ੍ਰੀਤ ਜੀ ਦੇ ਨਾਲ ਗੱਲ ਕਰਨ ਲਈ। ਔਰ ਮੈਨੂੰ ਲੱਗਦਾ ਹੈ ਕਿ ਜਦੋਂ ਤੁਹਾਡੇ ਨਾਲ ਸਟੂਡੈਂਟ ਗੱਲ ਕਰਨਗੇ ਮਨਪ੍ਰੀਤ ਜੀ, ਹੋਰ ਉਹਨਾਂ ਨੂੰ ਕਲੈਰਿਟੀ ਆ ਜਿਹੜੀ ਹੋਏਗੀ। ਸੋ ਪਿਛਲਾ ਜਿਹੜਾ ਜੁਲਾਈ ਇਨਟੇਕ ਲੰਘਿਆ, ਕਿਹੋ ਜਿਹਾ ਸਕਸੈਸ ਰੇਟ ਰਿਹਾ ਸਟੱਡੀ ਸਕੇਅਰ ਦਾ? ਬਹੁਤ ਅੱਛਾ ਰਿਹਾ ਸਰ, ਸਾਡੇ ਉਮੀਦ ਤੋਂ ਬਹੁਤ ਅੱਛੇ ਵੀਜ਼ਾਸ ਆਏ। ਈਵਨ ਕਿ ਯੂਨੀਵਰਸਿਟੀਜ਼, ਹਾਈ ਕਮਿਸ਼ਨ ਨੇ ਆਟੋ ਗ੍ਰਾਂਟ ਵੀਜ਼ਾਸ ਵੀ ਦਿੱਤੇ, ਜਿਹੜੇ ਕਿ ਪਹਿਲਾਂ ਬਹੁਤ ਬੜੇ ਨੋਰਮਲ ਘੱਟ ਬੱਚਿਆਂ ਨੂੰ ਮਿਲਦੇ ਸੀਗੇ, ਬਟ ਉਹ ਟ੍ਰੈਂਡ ਮੈਂ ਹੈਰਾਨ ਹੋ ਗਿਆ ਇਸ ਵਾਰੀ ਦੇਖ ਕੇ ਕਿ ਇੱਕ ਦਿਨ ਇੱਕ ਇਹਨਾਂ ਸਿੰਗਲ ਡੇ ਵੀ ਕਾਟ 2-3 ਆਟੋਗ੍ਰਾਮਸ, ਜਿਹੜੇ ਕਿ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਘੰਟੇ 1-2-3 ਬੱਚਿਆਂ ਨੂੰ ਮਿਲਦੇ ਆ। ਤਾਂ ਮੈਨੂੰ ਇਹ ਲੱਗਦਾ ਕਿ ਹਾਈ ਕਮਿਸ਼ਨ ਨੇ ਇਹ ਮੰਨ ਲਿਆ ਕਿ ਯੂਨੀਵਰਸਿਟੀਜ਼ ਆਪਣਾ ਕੰਮ ਪ੍ਰੋਪਰ ਕਰ ਰਹੀਆਂ, ਯੂਨੀਵਰਸਿਟੀਜ਼ ਪੂਰੀ ਫੰਡਿੰਗ ਪ੍ਰੋਪਰਲੀ ਚੈੱਕ ਕਰ ਰਹੀਆਂ ਨੇ, ਉਹ ਆਪਣਾ ਬਰਡਨ ਘਟਾ ਰਹੇ ਹੈ, ਯੂਨੀਵਰਸਿਟੀਜ਼ ਦੇ ਉੱਪਰ ਬਰਡਨ ਪਾ ਰਹੇ ਹੈ, ਤਾਂ ਹੀ ਯੂਨੀਵਰਸਿਟੀਜ਼ ਇਸ ਟਾਈਮ ਡਾਕੂਮੈਂਟੇਸ਼ਨ ਇੰਨੀਆਂ ਮੰਗਦੀਆਂ ਪਈਆਂ ਨੇ। ਤੁਸੀਂ ਇਹ ਸਮਝ ਲਓ ਕਿ ਅਗਰ ਅਸੀਂ ਯੂਨੀਵਰਸਿਟੀ ਨੂੰ ਸੈਟਿਸਫਾਈ ਕਰਵਾ ਦਿੱਤਾ ਤਾਂ ਹਾਈ ਕਮਿਸ਼ਨ ਇਜ਼ ਹੈਪੀ ਟੂ ਗਿਵ ਦਾ ਵੀਜ਼ਾ। ਬਿਲਕੁਲ ਜੀ, ਇਹ ਬੜੀ ਚੰਗੀ ਗੱਲ ਹੈ।
ਸੋ ਅਗਰ ਯੂਨੀਵਰਸਿਟੀਜ਼ ਬਹੁਤ ਐਫੀਸ਼ੈਂਟਲੀ ਸਾਰਾ ਕੰਮ ਕਰ ਲੈਣ ਤੇ ਓਬਵੀਅਸਲੀ ਹਾਈ ਕਮਿਸ਼ਨ ਤੇ ਪ੍ਰੈਸ਼ਰ ਘਟੇਗਾ ਤੇ ਫਿਰ ਆਟੋ ਗ੍ਰਾਂਟ ਆ ਜਿਹੜੇ ਵੱਧ ਵੀ ਸਕਦੇ ਨੇ। ਸੋ ਥੈਂਕ ਯੂ ਸੋ ਮੱਚ ਮਨਪ੍ਰੀਤ ਜੀ, ਤੁਸੀਂ ਟਾਈਮ ਕੱਢਿਆ ਖਾਸ ਤੌਰ ਤੇ ਵਿਦਿਆਰਥੀਆਂ ਲਈ। ਸਾਰੇ ਵਿਦਿਆਰਥੀ 8929975971 ਇਸ ਨੰਬਰ ਤੇ ਕਾਲ ਕਰ ਸਕਦੇ ਨੇ। ਹੁਣ ਇਹ ਫਰਕ ਨਹੀਂ ਆਸਟ੍ਰੇਲੀਆ 'ਚ ਕਿ ਤੁਸੀਂ ਪੰਜਾਬ ਤੋਂ, ਹਰਿਆਣਾ ਤੋਂ, ਜੰਮੂ ਕਸ਼ਮੀਰ ਤੋਂ ਜਾਂ ਕਿਸੇ ਹੋਰ ਸੂਬੇ ਤੋਂ। ਸੋ ਪੈਨ ਇੰਡੀਆ ਤੁਸੀਂ ਜਿਹੜੇ ਹੈਗੇ ਆਪਣੇ ਵੀਜ਼ਾ ਆਸਟ੍ਰੇਲੀਆ ਦੇ ਲਈ ਅਪਲਾਈ ਕਰ ਸਕਦੇ ਹੋ। ਜਿਹੜੀਆਂ ਗੱਲਾਂ ਦੱਸੀਆਂ ਨੇ ਮਨਪ੍ਰੀਤ ਜੀ ਨੇ, ਉਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ। ਥੈਂਕ ਯੂ ਸੋ ਮੱਚ। ਥੈਂਕ ਯੂ ਸਰ, ਥੈਂਕ ਯੂ ਸੋ ਮੱਚ।